ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ। ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਪਹਿਲਾਂ ਆਪਣੇ ਚੈਨਲ ਕਰੋ ਸਬਸਕ੍ਰਾਈਬ, ਇੱਕ ਬੈਲ ਮਿੰਟ ਆਈਕਨ ਰੁਕ ਓਪਨ ਜਾਏ ਕਰੋ ਕਿ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੇਰੇ ਤੱਕ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਆਰਫ ਵਾਲੇ ਸ਼ਹਿਰ ਦੇ ਵਿੱਚ ਆਏ ਹਾਂ ਤੁਹਾਡੇ ਵਾਸਤੇ ਇੱਕ ਜਨਾਬ ਮੱਝ ਦੀ ਵੀਡੀਓ ਲੈ ਕੇ। ਮੇਰਾ ਕੈਮਰਾਮੈਨ ਮੱਝ ਹਾਂ, ਤਾਂ ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂਗੇ। ਦੋਸਤੋ, ਸਿਆਹ ਕਾਲੀ ਮੱਝ ਚੂਰਕੁੰਡ ਸਿੰਘ ਨੇ, ਕਿੰਗਰੀ ਵਾਲੇ ਸਿੰਘ ਨੇ। ਅੱਖਾਂ ਵੀ ਕਾਲੀਆਂ ਨੇ, ਟੋਟਲੀ ਕਾਲੀ ਸ਼ਾਇਦ, ਥੋੜ੍ਹਾ ਜਿਹਾ ਪੂਛਲ ਸਫੈਦ ਹੈ। ਇਹ ਪੂਰੀਆਂ ਵਿਰਲਾਂ ਅਤੇ ਥਾਂ ਨੇ, ਮੋਟਾ ਮੋਟਾ ਥਾਂ ਨੇ। ਮਾਸ਼ਾਅੱਲਾ ਲਾਟੂਆਂ ਰੰਗਾ। ਬਾਕੀ ਤੁਹਾਡੇ ਸਾਹਮਣੇ ਹਰ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਦਿਖਾਵੇਗਾ। ਚਲੋ ਛੱਡ ਕੇ ਨਾ, ਛੱਡ ਕੇ ਨਾ, ਥੋੜ੍ਹਾ ਐਕਟਿਵ ਹੋਰ ਫਿਰ ਕੇ ਦਿਖਾਓ। ਇਹ ਦੋਸਤੋ ਦੇਖੋ, ਸੋਹਣੇ ਖੁੱਡੇ ਦੀ ਮੱਝ, ਸੋਹਣੇ ਖੁੱਡੇ ਨੇ, ਸੋਹਣਾ ਪੁੱਠਾ। ਮਾਸ਼ਾਅੱਲਾ ਹਰ ਪਾਸੋਂ ਸਾਫ ਸੁਥਰੀ ਹੈ। ਇਹ ਤੁਹਾਡੇ ਸਾਹਮਣੇ ਟੋਟੀ ਫਿਰਦੀ ਬਿਲਕੁਲ ਠੀਕ ਠਾਕ ਹੈ। ਹਵਾਨਾ ਮਾਸ਼ਾਅੱਲਾ ਠੀਕ ਵਹਾਂ ਦੀ। ਇਹਦਾ ਬੱਚਾ ਕਿਹੜਾ? ਆਹ ਕੱਟੀ ਹੈ, ਆਹ ਆਹ ਦੋਸਤੋ ਦੇ ਮਗਰ ਕੱਟੀ ਹੈ। ਬਿੱਲੀਆਂ ਅੱਖਾਂ ਨੇ, ਮੱਥਾ ਸਫੈਦ ਦੇ, ਥੋੜ੍ਹੇ ਜਿਹੇ ਖੁਰ ਮਗਰੋਂ ਮਾੜੇ ਮਾੜੇ ਸਫੈਦ ਨੇ। ਬਾਬੇ ਨੂੰ ਸੱਦੀ ਮੈਂ ਚਾਚਾ ਉਰਾ ਹੈ, ਉਰਾ ਹੈ ਕੈਮਰੇ ਚ ਹੋਗਾ। ਦੋਸਤੋ ਦੇਖੋ, ਮੇਰਾ ਕੈਮਰਾਮੈਨ ਤੁਹਾਨੂੰ ਹਰ ਇੱਕ ਇੱਕ ਚੀਜ਼ ਇਹਦੀ ਤਸੱਲੀ ਨਾਲ ਦਿਖਾਵੇਗਾ, ਤਾਂ ਕਿ ਇਹਦੇ ਵਿੱਚ ਕੋਈ ਵੀ ਸ਼ੱਕ ਨਾ ਰਹੇ। ਮਗਰ ਇਹਦੇ ਕੱਟੀਏ, ਬਾਕੀ ਦੁੱਧ ਜੋ ਵੀ ਮਾਲਕ ਕੋਲ ਪੁੱਛ ਲੈਂਦੇ ਹਾਂ। ਆ ਜਾਓ ਜੀ ਬਾਬਾ ਜੀ, ਇੱਥੇ ਆ ਜਾਓ। ਅਸਲਾਮ ਵਾਲੇਕੁਮ ਜੀ। ਬਾਬਾ ਜੀ ਕੀ ਹਾਲ ਹੈ? ਠੀਕ ਠਾਕ। ਅੱਛਾ ਬਾਬਾ ਜੀ, ਕਿੰਨਵਾਂ ਸੁਬਾਹ ਸੂਈ ਮੱਝ ਆਪਣੀ? ਤੀਸਰਾ। ਤੀਸਰਾ ਸੁਬਾਹ ਸੂਈ? ਤੀਸਰਾ। ਅੱਛਾ, ਮਗਰ ਤਾਂ ਕੱਟੀ ਉਹ ਵਹਾਤੀ ਅਸੀਂ। ਹਾਂਜੀ। ਅੱਛਾ, ਹੁਣ ਕੱਟੀ ਨੂੰ ਛੱਡ ਕੇ ਦੋ ਟਾਈਮ ਦਾ ਦੁੱਧ ਜਿਹੜਾ ਹਾਜ਼ਰ ਟਾਈਮ ਦਿੰਦੀ ਪਈ, ਉਹ ਕਿੰਨਾ? 10 ਕਿਲੋ। 10 ਕਿਲੋ ਹੈ ਕੱਟੀ ਨੂੰ ਛੱਡ ਕੇ ਤਸੱਲੀ ਨਾਲ। ਅੱਛਾ, ਤੇ ਕਿੰਨੇ ਦਿਨਾਂ ਦੀ ਸੂਈ ਹੋਈ? ਕਿੰਨੋ ਹੋ ਗਿਆ? 25 ਦਿਨ ਸੂਈ। 25 ਦਿਨ ਹੋ ਗਿਆ ਸੂਈ ਨੂੰ, ਠੀਕ ਹੋ ਗਿਆ ਜੀ। ਤੇ ਅੱਛਾ, ਇਹਦੀ ਮੁਨਾਸਿਬ ਜੀ ਕੀਮਤ ਦੱਸੋ ਕਿੰਨੀ? ਕੋਈ ਪਿਆਰ ਰੁਬਤ ਹੈ ਇਹਦਾ? 2,30,000। ਇਹਦੇ 'ਚ ਕੋਈ ਪਿਆਰ ਰੁਬਤ ਹੈ? ਦੋਸਤੋ, 2,30,000 ਰੁਪਏ ਦੀ ਕੀਮਤ ਹੈ। ਬਾਬਾ ਜੀ ਕਹਿ ਰਹੇ ਨੇ ਕਿ ਕੱਟੀ ਨੂੰ ਛੱਡ ਕੇ 10 ਕਿਲੋ ਦੁੱਧ ਦੇ, ਦੋ ਟਾਈਮ ਦਾ ਪੱਕਾ ਕੱਟੀ ਸਮੈਤ ਦੁੱਧ ਦੇ ਥੱਲੇ ਤਕਰੀਬਨ ਕਹਿੰਦੇ ਨੇ 12-13 ਕਿਲੋ ਹੈਗਾ। ਕੱਟੀ ਤੋਂ ਬਗੈਰ 10 ਕਿਲੋ ਦੁੱਧ ਦੇ, ਤੀਸਰਾ ਸੁਬਾਹ ਸੂਈ। ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆ ਜਾਂਦੀ, ਸਾਡੇ ਨਾਲ ਰਾਬਤਾ ਕਰ ਸਕਦਾ। 0307-63-651 ਸਾਡਾ ਵਟਸਐਪ ਨੰਬਰ ਹੈ, ਇਹ ਹੀ ਸਾਡਾ ਈਮੇਲ ਨੰਬਰ ਹੈ। ਆਰ ਐਫ ਆਰ ਦੇ ਵਿੱਚ ਜਨਾਬ ਅਸੀਂ ਖੜੇ ਹਾਂ। ਕੈਮਰਾਮੈਨ ਸਾਹਿਬ, ਦੁਬਾਰਾ ਥੋੜ੍ਹੀ ਜਿਹੀ ਨਜ਼ਰ ਵਹਾ ਦਿਓ ਮੱਝ ਨੂੰ। ਦੋਸਤੋ ਇਹ ਦੇਖੋ, ਦੁਬਾਰਾ ਤੁਹਾਨੂੰ ਤਸੱਲੀ ਕਰਾ ਰਹੇ ਹਾਂ, ਤਾਂ ਕਿ ਇਹਦੇ ਵਿੱਚ ਕੋਈ ਵੀ ਸ਼ੱਕ ਨਾ ਰਹੇ। ਮਾਸ਼ਾਅੱਲਾ ਪੂਰੀਆਂ ਵਿਰਲਾਂ ਨੇ, ਸੋਹਣਾ ਥਾਂ ਨੇ, ਲਾਟੂਆਂ ਰੰਗਾ, ਸਿਆਹ ਕਾਲੀ ਹੈ, ਥੋੜ੍ਹਾ ਜਿਹਾ ਦੁੰਬ ਸਫੈਦ ਹੈ, ਮਗਰ ਇਹਦੇ ਕੱਟੀ ਹੈ। ਉਮੀਦ ਕਰਾਂਗੇ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਖੁਦਾ ਹਾਫਿਜ਼।